ਬੁਲਬੁਲ ਦੇਰ ਤੇ ਬਾਦਰੀ ਇਹਨਾਂ ਤਰ੍ਹਾਂਾਂ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਮੁਸ਼ਤਰਕ ਹੈ ਠੀਕ ਹੋ ਗਿਆ ਤੁਸੀਂ ਜਵਾਬ ਦੇ ਛੜਿਆ ਇਹ ਮੁਸਲਮਾਨ ਹੁਕਮਰਾਨ ਨੇ ਜਿਹੜੇ ਟਿੱਪੂ ਸੁਲਤਾਨ ਨੂੰ ਛੱਡ ਕੇ ਇਹ ਆਪਣੀਆਂ ਕਨੀਜ਼ਾਂ ਦੇ ਨਾਲ ਇਸ਼ਕ ਮਸ਼ੂਕੀ ਅੱਖ ਮਟਕੇ ਕਿਉਂ ਲਾਂਦੇ ਸਨ ਤੇ ਸ਼ੌਕ ਹੈ ਸਰ ਮੇਰਾ ਟਿੱਪੂ ਸੁਲਤਾਨ ਦੇ ਕੋਈ ਦਰਜਣਕ ਤਕਰੀਬਨ ਮੁੜੇ ਸਨ ਅੱਧੀ ਕਿ ਦਰਜਣ ਕੁੜੀਆਂ ਸਨ ਲੇਕਿਨ ਫੇਰ ਵੀ ਕਿਸੇ ਬੱਚੇ ਦਾ ਨਾਮ ਕਿਉਂ ਨਹੀਂ ਬਣਿਆ ਜਨਾਨੀਆਂ ਨੇ ਇਹ ਬੱਚੇ ਜੰਮਣ ਵਾਲੀਆਂ ਮਸ਼ੀਨਾਂ ਨੇ ਤੁਹਾਡਾ ਨਾਮ ਟਿੱਪੂ ਕਿਉਂ ਹੈ ਔਰ オリジナル ਨਾਮ ਤੁਹਾਡਾ ਕੀ ਹੈ ਜਾ ਰਿਹਾ ਤੁਸੀਂ ਵੀ بڑے ਸ਼ੇਰ ਨਾਲ ਪੰਜੇ ਲੜਾ ਰਹੇ ਹੋ ਕੀ وجہ ਕਿ ਮੁਹੱਬਤ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ ਟਿੱਪੂ ਨੇ ਜਵਾਬ ਦਿੱਤਾ ਕਿ ਗੋਰਿਆਂ ਦਾ ਮਕੂਲਾ ਅਸੀਂ ਇਹਨਾਂ ਦਮਾਂ ਦੇ ਵਿੱਚ ਇਨਸਾਫ ਨੂੰ ਪਸੰਦ ਕਰ ਰੌਂਜਾ ਸਾਹਿਬ ਇਹ ਦੱਸੋ ਕਿ ਟਿੱਪੂ ਸੁਲਤਾਨ ਦੀ ਜ਼ਿੰਦਗੀ ਚ ਕਿਹੜੀਆਂ ਬੈਸਟ ਚੀਜ਼ਾਂ ਨੇ ਜਿਹੜੀ ਅੱਜ ਦੀ ਸਾਡੀ ਨੌਜਵਾਨ نسل ਸਿੱਖ ਸਕਦੀ ਏ ਤੇ ਅਡਾਪਟ ਕਰ ਸਕਦੀ ਏ ਟਿੱਪੂ ਸੁਲਤਾਨ ਦੀ ਜ਼ਿੰਦਗੀ ਦੀ ਕੌਣ ਸੀ ਝਲਕ ਟਿੱਪੂ ਰਾਂਝਾ ਦੀ ਜ਼ਿੰਦਗੀ ਮੇਂ ਦੇਖਨੇ ਕੋ ਮਿਲਦੀ ਏ ਜੋ ਜਿੰਨੀਆਂ ਵੀ ਵੱਡੀਆਂ ਮਸ਼ਹੂਰ ਸ਼ਖਸੀਅਤਾਂ ਨੇ ਇਸ ਦੁਨੀਆਂ ਦੇ ਗੋਲ ਟਾਰੇ ਤੇ ਘੁੰਮਣ ਦੇ ਨਾਲ ਉਹਨਾਂ ਦੀ ਤਾਰੀਖ ਜਿਹੜੀ ਉਹ ਵੀ ਘੁੰਮਦੀ ਏ ਦੁਨੀਆਂ ਦੇ ਇੱਕ ਟੋਟੇ ਤੇ ਉਹਨਾਂ ਨੂੰ ਹੀਰੋ ਤਸੱਵਰ ਕੀਤਾ ਜਾਂਦਾ ਹੈ ਇਹ ਦੂਜੇ ਟੋਟੇ ਤੇ ਜ਼ੀਰੋ ਐਸਾ ਕਿਉਂ ਜਨਾਬ ਕਦੇ ਤਹਿਮਦ ਕੁਰਤਾ ਕੁੱਲਾ ਪਾਏ ਐ ਲਾਚਾ ਪਾਏ ਐ ਕਦੇ ਸੋਹਣੀਆਂ ਤੋਂ ਸੋਹਣੀਆਂ ਪੈਂਟਾਂ ਬੁਸ਼ਟਾਂ ਐਣਕਾਂ ਕੀ ਰਾਕਟਸ ਆਏ ਸੀ ਇੱਕ ਸਟਾਈਲ ਇੱਕ ਡਿਜ਼ਾਈਨ ਚ ਤੁਸੀਂ ਕਿਉਂ ਨਹੀਂ ਰਹਿੰਦੇ ਟੀਪੂ ਸੁਲਤਾਨ ਦੇ ਦੌਰ ਦੇ ਵਿੱਚ ਹੀ ਤਾਂਬੇ ਦੇ ਸਿੱਕੇ ਵੀ ਆਏ ਸਨ ਸਿੱਕਿਆਂ ਤੋਂ ਯਾਦ ਆ ਤੁਸੀਂ ਕਦੇ ਬਚਪਨ ਦੇ ਵਿੱਚ ਸ਼ਾਦੀਆਂ ਵਿਆਹਾਂ ਤੇ ਠੀਪੇ ਜਾਂ ਸਿੱਕੇ ਚੁਣੇਨ ਅਗਰ ਚੁਣੇ ਨੇ ਤੇ ਸਭ ਤੋਂ ਜ਼ਿਆਦਾ ਕਿੰਨੇ ਚੁਣੇ ਜਿਤਲੇ ਪੈਸੇ ਉਲਣੇ ਦਾ ਦੌਰ ਹੈ ਤੇ ਮੈਂ 2 ਰੁਪਏ ਦਾ ਨੋਟ ਮੈਨ ਯਾਦ ਹੈ 1 ਰੁਪਏ ਦਾ ਵੀ ਯਾਦ ਹੈ 5 ਵਾਲਾ ਵੀ ਯਾਦ ਵੇਖ ਕੇ ਆਪਣੀ ਸ਼ਾਦੀ ਕੋਈ ਨਹੀਂ ਬੈਠਾ ਤੇ ਪੋਲਾ ਜਾਂ ਪੈਰ ਧੜ ਲੈਣਾ ਬਾਬੂ ਕਰ ਲੈਣਾ ਅੱਛਾ ਟੀਪੂ ਰਾਂਝਾ ਸਾਹਿਬ ਟੀਪੂ ਸੁਲਤਾਨ ਦੀ ਹਕਮਰਾਨੀ ਦਾ ਇੱਕ ਜਿਹੜਾ ਡਾਊਨਫਾਲ ਹੋਇਆ ਸੀ ਡਰਾਬੈਗ ਸੀ ਉਹਦੀ ਸਭ ਤੋਂ ਵੱਡੀ ਰੀਜ਼ਨ ਐ ਸੀ ਕਿ ਲੋਕ ਧੋਖਾ ਬਾਸਣ ਨੂੰ ਬਹੁਤ ਸਾਰੇ ਉਹਦੇ ਜਿਹੜੀ ਕਬੀਨਾ ਦੇ ਅਰਾਕੀਨ ਸਨ ਉਹਨਾਂ ਨੇ ਧੋਖਾ ਦਿੱਤਾ ਸੀ ਧੋਖੇਬਾਜ਼ੀ ਨੂੰ ਕਿੰਝ ਖਤਮ ਕਰ ਸਕਦੇ ਬਿਲਕੁਲ ਕਿਉਂਕਿ ਟੀਪੂ ਸੁਲਤਾਨ ਦੀ ਜ਼ਿੰਦਗੀ ਤੋਂ ਸਾਡੇ ਸਿਆਸਤਦਾਨ ਸਾਡੇ ਗੁਜਰਾਤ ਵਾਲੇ ਤੇ ਸਾਡੇ ਮੰਡੀ ਵਾਲੇ ਕੀ ਸਿੱਖ ਸਕਦੇ ਬੜਾ ਤੁਸੀਂ ਵਧੀਆ ਸਵਾਲ ਕੀਤਾ ਹੈ ਟੀਪੂ ਸੁਲਤਾਨ ਅਸੂਲ ਤੇ ਕੰਪਰੋਮਾਈਜ਼ ਨਹੀਂ ਕਰਦਾ ਲੋਟਾ ਨਹੀਂ ਤੇ 17 ਸਾਲ ਦੀ ਉਮਰ 'ਚ ਉਹ ਆਪਣੇ ਵਾਲਦ ਦੇ ਵਜ਼ੀਰ ਖਰਜਾ ਮਤਲਬ ਅੱਛਾ ਇਹ ਦੱਸੋ ਕਿ ਆਂਦੇ ਨੇ ਗੁੱਸਾ ਹੈ ਜਿਹੜਾ ਉਹ ਕਮਜ਼ੋਰੀ ਦੀ ਅਲਮਤ ਹੁੰਦਾ ਤੇ ਬਰਦਾਸ਼ਤ ਤੇ ਜਿਹੜੀ ਉਹ ਬਹਾਦਰੀ ਦੀ ਅਲਮਤ ਹੁੰਦੀ ਵਤ ਅਸੀਂ ਆਪਣੇ ਅੰਦਰ ਬਰਦਾਸ਼ਤ ਕਿਸ ਤਰ੍ਹਾਂ ਲਿਆ ਸਕਦੇ ਭਾਈ ਐਸੀ ਬਾਤ ਨਹੀਂ ਆਂਦੇ ਬਰਦਾਸ਼ਤ ਹਰ ਬੰਦਾ ਕਰ ਵੀ ਨਹੀਂ ਸਕਦਾ ਸਬਰ ਕਰੋ ਲੇਕਿਨ ਇਹ ਵੇਖੋ ਕਿਸ ਜਗ੍ਹਾ ਤੇ ਕਰਨਾ ਇੱਕ ਗੱਲ ਸਰਗੋਦਾ ਜਿਹੜਾ ਤੁਹਾਡੇ ਰਤੋ ਮੱਕੀ ਵਾਲ ਤੂੰ ਕਿੰਨਾ ਕੁ ਪੰਦ ਬਣ ਜਾਂਦਾ ਉਹਨਾਂ ਦਾ ਰਤਮ ਅੱਗੇ ਆ ਲੋ ਗੁਜਰਾਤ ਨੇੜੇ ਸਰਗੋਦਾ ਤੇ ਬਹੁਤ ਦੂਰ ਹੈ ਅਸੀਂ ਬਿਲਕੁਲ ਤੁਹਾਡੇ ਨਾਲ ਨਾ ਫਾਲੀਏ ਦੇ ਨਾਲ ਇੱਡੇ ਵੀ ਉਹ ਨਿੱਕੀਆਂ ਨਿੱਕੀਆਂ ਕਮਾਂ ਤੇ ਵੀ ਵਜ਼ੀਰ ਆਜ਼ਮ ਦੀਆਂ ਸਿਫਾਰਸ਼ਾਂ ਕਿਉਂ ਕਰਵਾਉਂਦੇ ਉਹ ਰੋ ਸਟੋਨ ਤੇ ਜਿਵੇਂ ਤੁਸੀਂ ਇੰਜ ਮਸਤ ਹੋ ਕੇ ਇੰਜ ਇੰਜ ਕਰਦੇ ਹੋ ਨਾ ਹਾ 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 ਸਵਾਦ ਆ ਜਾਂਦਾ ਹੈ ਬੜਾ ਤੁਸੀਂ ਮੰਡੀ ਭਾਵਲਦੀਨ ਵਾਲਿਆਂ ਦਾ ਬਹਾਓ ਕਿੱਧਰ ਹੈ ਅੱਜ ਅੱਜ ਕੱਲ ਕਿਹੜੀ ਪਾਰਟੀ ਵਾਲੇ ਉਤਲਾ ਲੈਵਲ ਮੁਲਕੀ ਲੈਵਲ ਪਾਰਟੀ ਵੇਣੇ ਹੀ ਨਹੀਂ ਹੁੰਨਾ ਡੇਰਾ ਪੜੀ ਪਿੰਡ ਤੇ ਆਪਣੇ ਉਸ ਲੈਵਲ ਥਾਣੇ ਕਿਚਾਰੀ ਤੇ ਵੇਖ ਕੇ ਤੇ ਵੋਟ ਦੇਣੇ ਹੁੰਦੇ ਨੇ ਲਿਆਜ਼ਾ ਉਹਨਾਂ ਦਾ ਬਾਹੌ ਕਿਧਰ ਵੀ ਹੋ ਸਕਦਾ ਹੈ ਅੱਛਾ ਰੰਦਰ ਸਾਹਿਬ ਇਹ ਜਿਹੜੇ ਦੋਸਤ ਨੇ ਦੇਸੀ ਵੀ ਤੇ ਵਿਦੇਸੀ ਵੀ ਸਾਰੀ ਦੁਨੀਆ ਤੋਂ ਵੇਖਦੇ ਨੇ ਪੰਜਾਬੀ ਰਾਕਟ ਸਾਇੰਸ ਤੁਹਾਡੇ ਜੀ ਅੱਛੇ ਅੱਛੇ ਸ਼ਖਸੀਅਤਾਂ ਹੁੰਦੀਆਂ ਨੇ ਸਾਡਾ ਦਿਲ ਇਹ ਜਿਹੜਾ ਇਹ ਠੰਡਾ ਕਰਦੀਆਂ ਨੇ ਹੋਸ਼ ਕਰਦੀਆਂ ਨੇ ਇਸ ਪੰਜਾਬੀ ਰਾਕਟ ਸਾਇੰਸ ਦੀ ਡੇਰੇਦਾਰੀ ਦੇ ਬਾਰੇ ਤੁਹਾਡੀ ਕੀ ਤਾਸਰਾਤ ਹੈ भाईजान बहुत अच्छा लेके जा रहे हो मैं बहुत ज्यादा अप्रिशिएट करंदा सोशल मीडिया पे मेरा सफर एक साल ते कुछ महिना हो गया ते जल्दी मेरे बाद ਤੁਸੀਂ 마शाल्लाह ਆਪਣਾ ਇਹ ਚੀਜ਼ ਸ਼ੁਰੂ ਕੀਤੀ ਆਈ ਬਹੁਤ ਜ਼ਿਆਦਾ ਦੋਸਤਾ ਕੀਤੀ ਹੈ ਲੇਕਿਨ ਇਹ ਕੋਈ इजी ਨਹੀਂ ਇੱਕ ਮਤਲਬ ਪ੍ਰਾਪਰ ਪੂਰਾ ਵੀਕ ਹੀ ਉਤੇ ਰਿਸਰਚ ਹੁੰਦੀ ਹੈ ਮਹਿਮਾਨ ਦੇ ਪਰਸਨਲ ਅਪਰੋਚ ਕਰਕੇ ਨਾ ਤੇ ਤੁਹਾਡੇ ਕੋਲ ਕੋਈ ਪ੍ਰੋਡਿਊਸਰ ਨੇ ਜਾਂ ਪੈਸੇ ਦੇ ਕੇ ਕੋਈ ਬੰਦੇ ਲਿਉਣੇ पर्सनल अप्रोच करना फिर उनन एग्री करना फिर टाइम बनाना प्रोग्राम दी तैयारी करनी फिर उस्नु फॉलो करना और ਲੋਗਾ ਦੇ ਸਾਹਮਣੇ ਪ੍ਰੈਜ਼ੈਂਟ ਕਰਨਾ ਇਹ ਕੋਈ ਮਤਲਬ ਇਤਨਾ ਆਸਾਨ ਕੰਮ ਨਹੀਂ ਕਹਿਣਾ ਸੌਖਾ ਬੜੇ ਲੋਕੀ ਸ਼ੁਰੂ ਕਰਦੇ ਲੇਕਿਨ ਇਤਨੀ ਕਮਿਟਮੈਂਟ ਨਾਲ ਨਿਭਾ ਨਹੀਂ ਸਕਦੇ ਲੇਕਿਨ ਤੁਸੀਂ ਇਤਨੀ ਮਿਹਨਤ ਨਾਲ ਇਸਨੂੰ ਲੈ ਕੇ ਆ ਰਹੇ ਹੋ اور ਅੱਲਾ ਪਾਕ ਤੁਹਾਨੂੰ ਇਨਾਜਰ ਦੇਵੇ اور ਇਨਸ਼ਾਅੱਲਾ ਤੁਹਾਡਾ ਪ੍ਰੋਗਰਾਮ ਬੜੀ ਤਰੱਕੀ ਕਰੇਗਾ اور ਕਰ ਰਿਹਾ ਪਰ ਲੋਕੀ ਮਤਲਬ ਪਰਮਾਨੈਂਟ ਤੁਹਾਡੀ ਇੱਕ ਆਪਣੀ ਪਹਿਚਾਨ ਇੱਕ ਸ਼ਖਸੀਅਤ ਹੈ ਤੇ ਇਹ ਸਭ ਤੋਂ ਵੱਡੀ ਚੀਜ਼ ਕਮਿਟਮੈਂਟ ਹੈ ਜਿਹੜੀ ਤੁਹਾਡੇ ਬਹੁਤ ਜ਼ਿਆਦਾ ਹੈ ਔਰ ਮੈਂ ਰੀਅਲੀ ਅਪਰੀਸ਼ੀਏਟ ਕਰਦਾ ਭਾਈ ਜੀ ਤੁਹਾਨੂੰ ਔਰ ਲੋਕਾਂ ਵਾਸਤੇ ਇੱਕ ਬੜਾ ਸੋਰਸ ਹੈ ਵਧੀਆ ਇਨਫੋਰਮੇਸ਼ਨ ਲੈਣੇ ਦਾ ਮਲਤਲਫ ਪਰਸਨੈਲਿਟੀਆਂ ਨੂੰ ਜਾਣਨੇ ਦਾ ਤੇ ਵੈਰੀ ਵੈਲ ਡਨ ਭਾਈ ਮੈਂ ਤੇ ਬਹੁਤ ਅਪਰੀਸ਼ੀਏਟ ਕਰਦਾ ਤੇ ਸ਼ੋਕ ਕੇ ਸਰ ਮੇਰਾ ਉਹ ਬੰਦੇ ਸੱਟਦੇ ਆਣ ਤੇ ਕਦੀ ਕਦੀ ਇਦੋਂ ਦੁਆ ਖਸ਼ਾਕ ਵੇਖ ਕੇ ਆਪਣੀ ਸ਼ਾਦੀ ਕੋਈ ਨਹੀਂ ਬੈਠਾ ਤੇ ਪੋਲਾ ਜਾਂ ਪੈਰ ਧੜ ਲੈਣਾ ਬਾਬੂ ਕਰ ਲੈਣਾ ਹੂੰ ਅੱਜ ਵੀ ਸਾਡੀਆਂ ਅਦਾਲਤਾਂ 'ਚ ਲੱਗੇ ਜਾਓ ਤੇ ਪੈਸੇ ਵਾਸਤੇ ਝੂਠੇ ਕੁਰਾਨ ਛਾਣੇ ਵਾਲੇ ਮੌਜੂਦ ਨੇ ਅੱਜ ਵੀ ਪੈਸੇ ਦਾ ਲਾਲਚ ਨਹੀਂ ਤੇ ਹਸਦ 부ਗਜ਼ ਉੱਤੇ ਆ ਕੇ ਸਾਡੇ ਮੁਖਾਲਫੀ ਇਨਸਾਨ ਨੂੰ ਨੀਚਾ ਵਖਾਣੇ ਵਾਸਤੇ ਘਟੀਆ ਤੋਂ ਘਟੀਆ ਇਨਸਾਨ ਨਾਲ ਵੀ ਹੱਥ ਮਿਲਾਣੇ 'ਨ ਤਿਆਰ ਨੇ ਅੱਜ ਵੀ ਮਤਲਬ ਕੁਝ ਤੇ ਨੇ اخਲਾਕੀ ਕਦਰਾਂ ਜਿਹੜੀਆਂ ਸੋਰੀ ਟੂ ਸੇ ਸਾਡੇ ਮੁਾਸ਼ਰੇ ਚ ਇੰਥਾਈ ਘਟੀਆ ਪੰਦੀ ਹੱਦ ਤੱਕ ਥੱਲੇ ਟੁਰ ਗਈਆਂ ਸਾਡੇ ਕੋਈ ਹੁਣ ਮਿਆਰ ਹੀ ਨਹੀਂ ਮਤਲਬ ਸਾਡ ਅਸੀਂ ਮੈਂ ਅੱਗੇ ਮਿਸਾਲ ਦੇਣਾ ਅੱਗੇ ਦੀਆਂ ਬੈਣਾ ਆ ਜਾਂਦੀਆਂ ਤੇ ਬੰਦੇ ਕਤਲ maaf ਕਾ ਛੱਡਦੇ ਆ ਵਦੀ ਆ ਗਈ ਬੂਏ ਉੱਤੇ ਠੀਕ ਹੈ ਹੁਣ ਉਹ ਗੱਲਾਂ ਰਹੀਆਂ ਹੀ ਕੋਈ ਹੁਣ ਮਤਲਬ ਅਸੀਂ ਜੁੱਤਣਾ ਅਸੀਂ ਦੂਜੇ ਨੀਚਾ ਵਿਖਾਣਾ ਕਿਸੇ ਵੀ ਹੱਦ ਤੱਕ ਜਾ ਕੇ ਤੇਰੇ ਮੁਤਾਬਕ ਕੀ ਕਿਰਦਾਰ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਇਕ ਇਨਸਾਨ ਜਿਹੜਾ ਉਹ ਲਾਲਚ ਵਿੱਚ ਆ ਜਾਏ ਔਰ ਆਪਣੀ ਬੋਲੀ ਲਾਵੇ ਕਿਤਨੀ ਬਰਦਾਸ਼ਤ ਕਰਨੀ ਹੈ ਔਰ ਕਿਸ ਗਾਲ ਤੇ ਰਿਐਕਟ ਕਰਨਾ ਉਹ ਮੈਂ ਕਹਾਂ ਚਾਹਾਂ ਜੀ ਸ਼ੁਰੂ ਤੁਸੀਂ ਕੀਤਾ ਯੂਰਪ ਤੁਸੀਂ ਪਹਿਲ ਹੋ ਗਏ ਤੁਸੀਂ ਆਪਣੀਆਂ ਵੱਡੀਆਂ ਗੱਟੀਆਂ ਹੀ ਬਹਿ ਕੇ ਮੰਡੀ ਸਾਨ ਮਿਲਣ-ਛਲਣ ਆਏ ਤੁਹਾਡੇ ਏਜੰਟ ਮਸ਼ਹੂਰ ਹੋਏ ਜਾਨੀ ਚਕੀਏ ਤਖਰੇ ਕਿਹੜੇ-ਕਿਹੜੇ ਛਾੜੇ ਲੋਕ ਕੇ ਦੇ ਤੇ ਫਲਾੜੇ ਤੇ ਭਾਈ ਮੰਡੀ ਵਾਲਿਆਂ ਤੇ ਨੀਰਾ ਦਵਾਨ ਫਾਲੋ ਕੀਤਾ ਹਾਂ ਹੁਣ ਅਕਸਰੀਅਤ ਵੱਧ ਗਈ ਹੈ ਤੇ ਉਹ ਇੱਕ ਵੱਖਰੀ ਗੱਲ ਹੈ ਲਾਇਆ ਇਸ ਕੰਮੇ ਤੇ ਤੂੰ ਸੈਂਸਾ ਅਸੀਂ ਅੱਗੇ ਇੱਕ ਦੂਜੇ ਤੋਂ ਅੱਗੇ ਲੱਗਣਾ ਹੈ ਅਸੀਂ ਤੇ ਰੋ ਵਸਤੇ ਰੋ ਤੇ ਉੱਚੀਆਂ ਟਾਲਾਂ ਹੀ ਰੋ ਅੱਲਾ ਸੋਹਣਾ ਦੇ ਹਵਾਲੇ ਪਾਈ